ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਵੱਲੋਂ ਦੀ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਲਗਾਤਾਰ ਸਾਡੇ ਕਿਸਾਨ ਨੇ ਜਿਹੜੇ ਉਹ ਡਟੇ ਖੜ੍ਹੇ ਨੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ, ਅਤੇ ਇਹ ਅੰਦੋਲਨ ਚੱਲਦਾ ਵੀ ਰਹੇਗਾ। ਕੋਈ ਮਨ ਦੇ ਵਿੱਚ ਇਹ ਭੁਲੇਖਾ ਨਾ ਰਹੇ ਕਿ ਇਹ ਅੰਦੋਲਨ ਖਤਮ ਹੋ ਜਾਵੇਗਾ। ਇਸ ਮੌਕੇ ਦੇ ਉੱਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਕਿਸਾਨ ਅੰਦੋਲਨ ਦੀ ਤਾਕਤ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਕਿਉਂਕਿ ਪੰਜਾਬ ਤੋਂ ਕੋਈ ਨਾ ਕੋਈ ਜਥਾ ਵੱਖ ਵੱਖ ਜੇ ਕਹਿ ਲਈ ਕਿ ਜ਼ਿਲ੍ਹਿਆਂ ਤੋਂ, ਪਿੰਡਾਂ ਤੋਂ ਉਹ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਪਹੁੰਚ ਰਿਹਾ। ਕਿਸਾਨ ਇਕੱਠੇ ਹੋ ਰਹੇ ਨੇ, ਗਿਣਤੀ ਵੱਡੀ ਹੋ ਰਹੀ ਹੈ। ਇਸ ਮੌਕੇ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਨੇ ਜੋ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਵੱਲੋਂ ਦੀ ਸਾਂਝੀਆਂ ਕੀਤੀਆਂ ਗਈਆਂ ਨੇ, ਅਤੇ ਮੰਡੀਆਂ ਦੇ ਵਿੱਚ ਜਿਹੜੀ ਕਣਕ ਰੁਲ ਰਹੀ ਆ ਉਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਵੀ ਕੁਝ ਨਸੀਹਤਾਂ ਦਿੰਦੇ ਨਜ਼ਰ ਆਏ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ। ਹਰਿਆਣੇ ਦੇ ਬਾਰਡਰਾਂ 'ਤੇ ਜਿਹੜਾ ਮੋਰਚਾ ਲਗਾਤਾਰ ਜਾਰੀ ਆ, ਚਾਹੇ ਉਹ ਸ਼ੰਭੂ ਆ, ਖਨੌਰੀ ਆ, ਡੱਬ ਵਾਲੀ ਆ ਅਤੇ ਰਤਨਪੁਰਾ ਰਾਜਸਥਾਨ ਦੇ ਵਿੱਚ, ਚਾਰ ਥਾਵਾਂ 'ਤੇ ਮੋਰਚਾ ਚੱਲ ਰਿਹਾ ਸਾਡਾ। ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੱਲ੍ਹ ਫਿਰ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਹੋਰ ਪੰਜਾਬ ਦੇ ਇਲਾਕਿਆਂ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਊਗਾ। ਪ੍ਰਧਾਨ ਮੰਤਰੀ ਜੀ ਨੇ ਇੱਕ ਇੰਟਰਵਿਊ 'ਚ ਕਿਹਾ ਵਾ ਵੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਕੋਈ ਬਰੀਫ ਕੇਸ ਦੇ ਵਿੱਚ ਰੱਖਣ ਨੂੰ ਨਹੀਂ ਹੁੰਦੇ ਹੈਗੇ, ਸਹੀ ਕਹਿਣਾ ਉਹਨਾਂ ਦਾ। ਔਰ ਉਹਨਾਂ ਨੇ ਕਿਹਾ ਵੀ ਮੀਡੀਆ ਨੂੰ ਇਹ ਗੱਲਾਂ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ। ਅਸੀਂ ਵੀ ਮੀਡੀਆ ਨੂੰ ਅਪੀਲ ਕਰ ਰਹੇ ਹਾਂ ਵੀ 2014 ਦਾ ਅਤੇ 2019 ਦਾ ਚੋਣ ਮੈਨੀਫੈਸਟੋ ਭਾਜਪਾ ਦਾ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ, ਔਰ ਪ੍ਰਧਾਨ ਮੰਤਰੀ ਦੇ ਵਾਅਦੇ ਯਾਦ ਕਰਾਉਣੇ ਚਾਹੀਦੇ ਦੁਨੀਆ ਨੂੰ, ਜਿਹਦੇ ਵਿੱਚ ਕਿਸਾਨਾਂ ਦਾ ਕਰਜ਼ ਖਤਮ ਕਰਨਾ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਔਰ ਇਹ ਤੋਂ ਕਹਾਂ ਆਮਦਨ ਕਿਸਾਨਾਂ ਦੀ 2022 ਤੱਕ ਆਮਦਨ ਦੁੱਗਣੀ ਕਰਨ ਦੀ ਗੱਲ, ਇਹ ਸਾਰੀਆਂ ਗੱਲਾਂ। ਔਰ ਦਸੰਬਰ 2021 ਦੇ ਵਿੱਚ ਚਿੱਠੀ ਲਿਖ ਕੇ ਪਹਿਲੇ ਅੰਦੋਲਨ ਦੇ ਵਿੱਚ ਇਹ MSP ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕਰਨ ਵਾਲੀ ਗੱਲ ਕਰਨਾ, ਇਹ ਕਹਿਣਾ ਵੀ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਨਹੀਂ ਲੈ ਕੇ ਆਵਾਂਗੇ, ਹੁਣ ਬਿਜਲੀ ਬਿੱਲ 2023-24 ਬਣਾ ਲੈਣਾ, ਇਹ ਗੱਲਾਂ ਦੇਸ਼ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ। ਇਹ ਤੋਂ ਕਹਾਂ ਭਾਜਪਾ ਅਤੇ RSS ਇਹ ਘੱਟ ਗਿਣਤੀਆਂ ਲਈ, ਦਲਿਤਾਂ ਲਈ, ਆਦਿਵਾਸੀਆਂ ਲਈ ਹਮੇਸ਼ਾ ਖਤਰਨਾਕ ਰਹੀ ਆ, ਉਹਨਾਂ ਦੇ ਵਿਰੋਧੀ ਰਹੀ ਆ, ਇਹਨਾਂ ਦੀ ਜਿਹੜੀ ਪਹੁੰਚ ਇਸ ਕਿਸਮ ਦੀ ਰਹੀ ਆ। ਔਰ ਇਹਦੇ ਨਾਲ ਦੀ ਨਾਲ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਜ਼ੁਲਮ ਕੀਤਾ ਗਿਆ ਵਾ, ਪ੍ਰਧਾਨ ਮੰਤਰੀ ਜੀ ਸੰਵਿਧਾਨ ਦੀ ਗੱਲ ਕਰਦੇ ਨਜ਼ਰ ਆਏ ਨੇ, ਉਹ ਦੱਸਣ ਵੀ ਨੈਸ਼ਨਲ ਹਾਈਵੇ 'ਤੇ ਕੰਧਾਂ ਕੱਢਣ ਦਾ ਅਧਿਕਾਰ ਕਿੰਨਾ ਨੇ ਦਿੱਤਾ, ਕਿਹੜੇ ਸੰਵਿਧਾਨ ਤਾਈ ਹੋਇਆ, ਸਾਨੂੰ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ, ਅਤੇ ਉਹ ਕਿੰਨਾ ਨੇ ਅਧਿਕਾਰ ਦਿੱਤਾ ਬਈ। ਸੋ ਇਸ ਕਰਕੇ ਦੂਸਰਾ, ਇਸ ਵੇਲੇ ਬੇਮੌਸਮੀ ਬਾਰਿਸ਼ ਦੀ ਮਾਰ ਹੇਠ ਆ ਪੰਜਾਬ, ਸਾਡੇ ਹਾਕਮ ਇੰਨੇ ਜ਼ਾਲਮ ਨੇ, ਇੱਕ ਬਿਆਨ ਵੀ ਨਹੀਂ ਦੇ ਸਕਦੇ ਵੀ ਸਰਕਾਰ ਤੁਹਾਡੇ ਨਾਲ ਖੜੀ ਆ, ਮੰਡੀਆਂ 'ਚ ਫਸਲਾਂ ਰੁਲ ਰਹੀਆਂ ਸਾਡੀਆਂ, ਮੋਇਸਚਰ ਦਾ ਬਹਾਨਾ ਬਣਾਇਆ ਜਾ ਰਿਹਾ ਵਾ, ਔਰ ਕਹਿੰਦੇ ਸੀ ਮੁਰਗੀ ਦਾ, ਕੁੱਕੜੀ ਦਾ ਕਿਹਦਾ ਕਿਹਦਾ ਖੁਰੇ ਮੁਆਵਜ਼ਾ ਦੇ ਦਿਆਂਗੇ। ਸੋ ਇਸ ਕਰਕੇ ਉਦੋਂ ਤੱਕ ਮੋਰਚਾ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਲਈਆਂ ਜਾਂਦੀਆਂ। ਧੰਨਵਾਦ।